ਜੇ ਤੁਹਾਨੂੰ ਮੈਂ ਦੱਸ ਦਿਆ ਤੁਹਾਨੂੰ ਚੌਸਾ ਜਾਣੀ ਇਹ ਪੂਰੇ ਪੈਸੇ ਪੈਸੇ ਪੂਰੇ ਹੋਣੇ ਚਾਹੀਦੇ ਹਾਂਜੀ ਹਾਂਜੀ ਤੁਹਾਡੇ ਹੱਥ ਹੋਵੇ ਨਾ ਉਸ ਕੌਣ ਦੇਵੇ ਚਾਰੇ ਦੋਨੇ ਟੀਮਾਂ ਜਨਾਬ ਹੁਣੇ ਮੁਕਾਬਲਾ ਸ਼ੁਰੂ ਹੋਣ ਲੱਗਾ ਹੈ ਕੀ ਬਾਤ ਹੈ ਜੀ ਮਿਹਰਬਾਨੀ ਕਰੋ ਜੀ ਵਾਫਰ ਕੋਲ ਜੇ ਹੋਣ ਰੁਪਈਏ ਸੱਜਣਾ ਨੂੰ ਲੈ ਮੁੱਲ ਲਈਏ ਉਹਨਾਂ ਚਿਰ ਮੁਹੱਬਤ ਨਿਭਦੀ ਜਿੰਨਾ ਚਿਰ ਕੁਝ ਦਿੰਦੇ ਰਹੀਏ ਸਾਨੂੰ ਮੁਹੱਬਤ ਇੰਜ ਦੀ ਲੱਭੇ ਨਾ ਕੁਝ ਦਈਏ ਨਾ ਕੁਝ ਲਈਏ ਮੁਹੱਬਤਾਂ ਵਿੱਚੋਂ ਲੱਭਦਾ ਕੁਝ ਨਹੀਂ ਮੁਹੱਬਤ ਕਰਨੀ ਛੱਡ ਨਾ ਦਈਏ ਬਰੀਏ ਬਚੀਏ ਬੁਰੀਆਂ ਨਜ਼ਰਾਂ ਕੋਲੋਂ ਆ ਜਾ ਉੱਧਰ ਵੱਖਰਿਆਂ ਬਈਏ ਲਓ ਜੀ ਮਿਹਰਬਾਨੀ ਕਰਕੇ 78 ਦਾ ਇੱਕ ਜਿਹੜਾ ਨੁਮਾਇੰਦਾ ਮਿਹਰਬਾਨੀ ਕਰਕੇ ਪਹਿਲੀ ਰੇਡ ਸੈਮੀ ਫਾਈਨਲ ਮੁਕਾਬਲਾ ਅੱਜ 11 ਅਕਤੂਬਰ 2019 ਵੀਰਾ ਜੀ ਇਕਬਾਲ ਸਾਹਿਬ ਇਕਬਾਲ ਟ੍ਰਿਬਲ ਵਾਲੇ ਜਨਾਬ ਸਾਡੇ ਕੋਲ ਨੇ ਇੰਤਹਾਈ ਸ਼ੁਕਰੀਆ ਅਦਾ ਕਰਦੇ ਹਮੇਸ਼ਾ ਲੋਕਾਂ ਦੇ ਨਾਲ ਮੁਹੱਬਤਾਂ ਕਰਨ ਵਾਲੇ ਵੀਰ ਲਓ ਜੀ ਤੁਫੈਲ ਸਾਹਿਬ ਦੇ ਸਾਡੇ ਵੀਰ ਐਕਸੀਅਨ ਲਓ ਜੀ ਹਾਂਜੀ ਕਹਿੰਦੇ ਟੱਚ ਹੋਇਆ ਜੀ ਪੁਆਇੰਟ ਕਮਾਂਡਰ ਦਾ ਜੀ ਗੁੱਡ ਸ਼ਾਬਾਸ਼ ਅਭੀ ਸੋਹਣਾ ਲੱਗਦਾ ਨੱਚਦਾ ਵੀ ਸੋਹਣਾ ਲੱਗਦਾ ਮੇਰੇ ਲੋਕੀ ਮਾਰ ਦਿੰਦੇ ਲਓ ਜੀ ਕਬੱਡੀ ਪਾਏਗਾ ਤੈਯਬ ਸਈਦ ਗੁੱਜਰ ਨਾਕਾਬਲੇ ਸ਼ਿਕਸਤ ਹੀਰਾ ਪਲੇਅਰ ਲੇਕਿਨ ਇਸ ਵੇਲੇ ਵੱਡਿਆਂ ਦੇ ਨਾਲ ਵਾਹ ਪੈ ਗਿਆ ਵੇਖਾਂਗੇ ਤੇ ਕੀ ਬਣੇਗਾ ਇਸ ਗੱਭਰੂ ਦਾ ਮੁਕਾਬਲਾ ਤੇ ਹੋਇਆ ਸ਼ੁਰੂਆਤ ਹੋਈ ਪਰ ਤੈਯਬ ਸਈਦ ਗੁੱਜਰ ਆਪਣੇ ਤਜਰਬੇ ਦੇ ਨਾਲ ਆਪਣੀ ਜਵਾਨੀ ਨੂੰ ਸਾਂਭਿਆ ਹੋਇਆ ਇੱਕ ਇੱਕ ਪੁਆਇੰਟ ਦੋਨਾਂ ਸਾਈਡਾਂ ਤੋਂ ਬਰਾਬਰ ਆਵੇ ਗੱਭਰੂ ਆਪਣਾ ਜੱਟ ਪਲੇ ਮੱਖਣ ਮਲਾਈਆਂ ਖਾ ਕੇ ਵੇਖ ਸਾਡੇ ਸ਼ੇਰ ਗੱਭਰੂ ਵੇਖ ਸਾਡੇ ਸ਼ੇਰ ਗੱਭਰੂ ਤਾਨਾ ਜੱਟ ਅਗਲੇ ਵਾਰੇ ਤੇ ਫਿਰ ਜੀ ਤੇ ਰਾਸ਼ਦ ਗੁੱਜਰ ਰਾਸ਼ਦ ਗੁੱਜਰ ਦੇ ਨਾਲੇ ਮੁੰਡਾ ਨੱਠ ਗਿਆ ਔਰ ਦੂਸਰਾ ਪੁਆਇੰਟ 320 ਦੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੰਦਾ ਬਿਨਾਂ ਰੇਟਣ ਤੋਂ ਲੱਸੀ ਉੱਤੇ ਆਉਂਦਾ ਨਹੀਂ ਮੱਖਣ ਤਾਣੇ ਕੱਚੇ ਸਿੱਟਿਆਂ ਅੰਦਰ ਧੁੱਪਾਂ ਨਾਲ ਹੀ ਪੱਕਣ ਕਬੱਡਰ ਦਾ ਨਾਂ ਫਿਰ ਇੱਕ ਵਾਰੀ ਇਧਰਲੇ ਪਾਸੇ ਰਾਣਾ ਮਾਖੋ ਖਲੋਜਾਵੇ ਸੱਟ ਖਲੋਜਾ ਕੋਈ ਬਾਹਰ ਹੋ ਗਿਆ ਕੀ ਜੇ ਹਾਂਜੀ ਆਇਆ ਵੇ ਸੱਪ ਓਹ ਸੁੱਕੇ ਵਜੂਦ ਵਾਲਾ ਜਨਾਬ ਸੱਪ ਇੱਕ ਵਾਰੀ ਫਿਰ ਹਾਂ ਬਾਈ ਰਾਸ਼ਦ ਗੁੱਜਰ ਸੋਰੀ ਕਹ ਆਪਣਾ ਵਕਾਸ ਰਹੀਮ ਗੁੱਜਰ ਪਾਕਿਸਤਾਨ ਏਅਰਫੋਰਸ ਦਾ ਸ਼ਹਿਜ਼ਾਦਾ ਸੱਪ ਕਿਤੋਂ ਗੱਲ ਤਾਂ ਸੁਣ ਦੀ ਤੇਰਾ ਬੇੜਾ ਤਰਜਾ ਨਿਕਲ ਗਿਆ ਓਹ ਆ ਜਨਾਬ ਐਸਲੇ ਤੈਯਬ ਸਈਦ ਗੁੱਜਰ ਬਹੁਤ ਵੱਡਾ ਟਾਕਰਾ ਬਹੁਤ ਵੱਡਾ ਮੈਚ ਕਿਆ ਬਾਤ ਹੈ ਤੈਯਬ ਸਈਦ ਗੁੱਜਰ ਜਨਾਬ ਜੇ ਜੱਪਾ ਹੋਇਆ ਤੇ ਪਹਿਲਾ ਜੱਪਾ ਹੋਵੇਗਾ ਲੇਕਿਨ ਹਜੇ ਤੱਕ ਮੈਨੂੰ ਲੱਗਦਾ ਕਿ ਉਹਨੇ ਕੋਈ ਵੀ ਕਿਸੇ ਕਿਸਮ ਦਾ ਚਾਂਸ ਮੁਸ਼ਕਲ ਨਜ਼ਰ ਆ ਰਿਹਾ ਜੋ ਜਾਪੀ ਹੈ ਉਹਨੇ ਗੁੱਡ ਜੱਪਾ ਕੀਤਾ ਲੇਕਿਨ ਬਾਅਦ ਮੱਝਾਂ ਨੂੰ ਡੁੱਬਣ ਮਿਹਣਾ ਹੁੰਦਾ ਹੈ ਪਰ ਮੈਨੂੰ ਲੱਗਦਾ ਕਿ ਪੁਆਇੰਟ ਜਾਪੀ ਦੇ ਹਿੱਸੇ ਪੁਆਇੰਟ 320 ਦੀ ਟੀਮ ਦੇ ਹਿੱਸੇ ਗੁੱਡ ਜੀ ਗੁੱਜਰ ਸਾਹਿਬ 299 ਵਾਲੇ ਸ਼ੁਕਰੀਆ ਮਿਹਰਬਾਨੀ ਜਿਨ੍ਹਾਂ ਨੇ ਹੁਣ ਤੱਕ ਬੇਸ਼ੁਮਾਰ ਹੌਸਲਾਫਾਈ ਕਰ ਛੱਡੀ ਫਰੀ ਆਮਦ ਕੌਰ ਸਾਹਿਬ ਸਾਡੇ ਵੀਰ ਰਹੀਮ ਯਾਰਖਾ ਤੋਂ ਆਏ ਨੇ ਉਹਨਾਂ ਦਾ ਸ਼ੁਕਰੀਆ ਮਿਹਰਬਾਨੀ ਔਰ ਅਗਲੇ ਪਾਸੇ ਕਬੱਡੀ ਫਿਰ ਪੈ ਰਹੀ ਹੈ ਨੌਜਵਾਨ ਦੀ ਧਾਨਾ ਅਦਨਾਨ ਧਾਨਾ ਜੱਟ ਸੈਮੀ ਫਾਈਨਲ ਮੁਕਾਬਲਾ ਅੱਜ ਦੀ ਇਸ ਖੂਬਸੂਰਤ ਕਬੱਡੀ ਦੇ ਵਿੱਚ ਸੈਮੀ ਫਾਈਨਲ ਮੁਕਾਬਲਾ ਜੀ ਤੇ ਡਬਲ ਟੱਚ ਦਾ ਇਸ਼ਾਰਾ ਵਕਾਸ ਨੰਬਰ ਇਧਰੋਂ ਵੱਡਾ ਬਹੁਤ ਹੀ ਤਗੜਾ ਪੁਆਇੰਟ ਮਿਲਿਆ ਲਓ ਰਾਣਾ ਮਾਨ ਕੋਸ਼ਿਸ਼ ਕਰ ਰਿਹਾ ਕਹਿੰਦੇ ਹਮੇਸ਼ਾ ਸਟਾਈਲਿਸ਼ ਕਬੱਡੀਆਂ ਪਾਈਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੋਹਣਾ ਖੇਡਿਆ ਪਰ ਸ਼ਕੀਲ ਜੱਟ ਪਿੱਛੇ ਨਹੀਂ ਹਟ ਦਿੰਦਾ ਆ ਗੁੱਟ ਫੜਿਆ ਆਏ ਹਾ ਹਾ ਕੀ ਬਾਤ ਹੈ ਬਈ ਸੋਹਣਿਆ ਕੁਝ ਕਰਕੇ ਵਿਖਾਉਣਾ ਪੈਂਦਾ ਸੌਖੇ ਨਹੀਂ ਉਹ ਨਾ ਨਿਕਲਦੇ ਆਏ ਹਾ ਹਾ ਵਾਹ ਜੀ ਵਾਹ ਪੱਤਰ ਦੀ ਵੜ ਦੇ ਚਲੋ ਜੀ ਨਹੀਂ ਵਖਾਮ ਆ ਜੀ ਅਸਕੀਲਿਆ ਗੁੱਡ ਯਾਰ ਹਾਂਜੀ ਉਧਰਲੇ ਪਾਸੇ ਰਾਸ਼ਦ ਗੁੱਜਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਹੈ ਜਿਹੜਾ ਜਾਪੀ ਹੈ ਤੇਰੇ ਪੁੱਲੇ ਹੋ ਗਏ ਨੇ ਕਿਤੇ ਜਿਹੜਾ ਸੱਪ ਨੂੰ ਪਾਰ ਨਹੀਂ ਲੱਗਣ ਦਿੰਦਾ ਬੰਦੇ ਦੇ ਇਹਨੇ ਸੁਣਿਆ ਨਾ ਸਾਬਰ ਅਲੀ ਸਾਬਰ ਦਾ ਸ਼ੇਰ ਕਿ ਜਿਹੜਾ ਪਾਉਂਦਾ ਨੇ ਧਾਰ ਪੈਰਾਂ ਤੇ ਉਹਨੂੰ ਮਿਲਦੀ ਹੈ ਹਾਰ ਪੈਰਾਂ ਤੇ
بڑے بڑے ہوئے نے وار پیرا تے پھر بھی رہے ہیں گزار پیرا تے اصل میری راہ بکری سی انج تے منزل سی چار پیرا تے مرزا بہادر مان صاحب ادھر کبڈر کا نام پھر کہندے طیب سین گجر ہر واری تے انہوں نے نا دال والا سکھے آ گئے تو میں ہوں ہر واری پھڑیا جانا لیکن کوشش چل رہی ہے جاپی او واہ جی واہ صدقے جائیے ہائے ایک واری 1999 لو جی کبڈی پھر پائے گا نوجوان عدنان دا نہ جٹ سامنے دو انٹرنیشنل نے چودھے بعد جٹ صاحب راشد گجر انٹرنیشنل تے وکاس رحیم گجر دو ورلڈ کپ کھیڈیا منڈا پاکستان دے والوں دو ورلڈ کپ کھیڈے نے اس جاٹھی نے او لگ گیا جی ورلڈ کپ والا منڈا لگا ہوں کوشش کرے گا اے لے اوے کہندے نہیں دانا جٹ جی باہر سٹن دی کوشش کر رہا ہے گجر لگ گیا ورلڈ کپ والا شہزادہ انہیں کیا ورلڈ کپ کھیڈے ہم منڈا اے نہیں پھڑے ویندا لو جی پوائنٹ جاپی دے حصے گڈ جی ویری گڈ جج عبدل پہ لگا ہوں ہلکا ہلکا چوہدری سلیم گجر صاحب یاد فرما رہے ہیں سٹیج تے انعام دے طور تے انہوں نے لو جی ادھر نے پاسے کبڈی پچھلی کبڈی انہیں منڈے نے بڑی سونی بارے کیتے نے لے بھائی گڈ فڑیا ہاں بھائی چوہدری سلیم گجر صاحب 500 روپیہ حوصلہ افزائی پچھلے وکاس رحیم گجر دے جتھے تے لے بھائی مینوں لگدا کہ جدہ جو او تاڑی مارو یار ایڈا جپا دونوں پاسے جاپی ایڈے تگڑے نے للکارے کے پنجاب سدا وستا رہے لو جی سپ ایک باری پھر چل بھائی سپا ویک رہا اے ادھر ہو جا ادھر ہو جا اگے بھائی تگڑے جاپی نے لگ گیا بھائی انہیں کہ پچھے بھی پہلا جپے بڑے کیتے اس منڈے نے مینو لگتا کہ یہ ایک لمحہ بھی ضائع نہیں کرتا وہ کیڑے کیڑے پاس وہ چھوٹ گیا وہ تاڑی مارو جی پوائنٹ کبڈر کے حصے پوائنٹ رینڈر کے حصے جی پوائنٹ کبڈر کا کبڈی پائے گا طیب سعید گجر آ بھائی وکاس ویرے نے گل خالق کونی صاحب چلی پیار جٹ صاحب خالق پرویز صاحب عتیق جٹ صاحب رانا ندیم صاحب اور جناب رانا نفیس لاہور والے رانا اکرم صاحب جناب مظہر پلوان سعید پلوان قاسم پلوان تے رحمان جو کنا چھت تے جناب رانا عمران اے ویر نے کبڈی پا رہا طیب سعید گجر جی کی ہویا جی لگا ہجے نہیں کچھ بھی نہیں ہویا آ بھائی شمس دین انہیں بھی کبھی کبھی جپا کرنا ہوں گا پر کر جانا اے واہ 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 پوائنٹ کبڈر دا یار گڈ شکریہ مہربانی چوہدری سلیم گجر صاحب 500 روپیہ اور چوہدری عابد صاحب اسلام آباد والے انہوں نے 500 روپیہ مہربانی شکریہ جی چل بھائی ادھرلے پاسے دانا راشد گجر ایک منٹ جی ادھرلے پاسے رانا مان ایک بار پھر آیا جی کھیڑ میدان دے وچ 320 دے واسطے خلاف کہندے تاوا بولن دے واسطے ریڈ پجیا بھائی جنریٹر والا جتھے وی آ ویر جی جنریٹر تے لاگے پہنچو مہربانی کر کے وڈے جنریٹر والا لو جی ادھر آ بھائی رانا مان مان پرا نٹ جا بورڈ تے چڑھ جا یار آن جو نہیں دینا پھر پتا کی کرے ایڈوکیٹ سفر بار ایسوسیشن ڈسٹرکٹ ٹوبا ایک سنگھ جناب چوری دلشاد احمد نوندوا صاحب مہربانی شکریہ جی مبارک تلو صاحب کبڈی ادھرلے پاسے پھر چاری منور حسین کمن جٹ شہزادہ پولا ادھر ویکنا جی لگ گئی دیکھیے جی دوران نکل جانا ہاتھوں کے آ گیا لے خدا سٹ بازی سٹ فٹ بازی آئے آ جا چوری ساجے نال آ جا یہ کہڑے رول ہے تو جب ایدا کرے پھر لو جی ادھر بھی آ چوری منور صاحب نے بھی 100 روپیے نہیں 500 دین لگے 500 دین لگے میں کہ پان نہ لے انہاں تڑائے نے کوئی 2-3 ہزار روپیے 100 دین دے لو جی ادھرلے پاسے آو وے آو لو جی کبڈی ادھرلے پاسے پھر جی ہاں جی لیڈر آیا وے گبرو
ਕਹਿੰਦੇ ਧਾਨਾ ਜੱਟ ਇਹ ਨੌਜਵਾਨ ਬੜੀਆਂ ਸੋਹਣੀਆਂ ਹੁਣ ਤੱਕ ਮੜੀਆਂ ਪਾਈਆਂ ਨੇ ਮਿਹਰਬਾਨੀ ਚੌਰੀ ਇਮਰਾਨ ਟੋਡੇ ਤੋਂ ਜਨਾਬ ਸਾਡੇ ਚੌਰੀ ਤਨਵੀਰ ਹੁਸੈਨ ਐਡਵੋਕੇਟ ਉਹਨਾਂ ਦੇ ਦੋਸਤ ਜਨਾਬ ਚੌਰੀ ਮੁਹੰਮਦ ਅਲੀ ਸਾਹਿਬ ਜ਼ਿਸ਼ਾਨ ਦਿਲਬਰ ਸਾਹਿਬ ਔਰ ਮਮੂਦ ਔਰ ਪੱਪੂ ਉਹ ਲੈ ਗਿਆ ਪੁਆਇੰਟ ਉਹ ਤੇਰੇ ਸਦਕੇ ਚੱਕ ਚੱਕ ਕੇ ਮੁੰਡਾ ਇੱਧਰ ਉਹ ਕੈਂਚੀ ਦੇ ਵਿੱਚ ਲੱਤ ਨਹੀਂ ਆਈ ਇਹ ਕੈਂਚੀ ਤੈਨੂੰ ਸਿਆਲ ਫੋਟੋ ਲਵਾਉਣੀ ਪੈਣੀ ਇਹ ਧਾਨਾ ਜੱਟ ਹੈ ਜੀ ਜਿਹੜਾ ਨਿਕਲ ਆਇਆ ਅਦਨਾਨ ਧਾਨਾ ਜੱਟ ਇੱਧਰਲੇ ਪਾਸੇ ਕਬੱਡੀ ਫਿਰ ਭਾਈ ਸ਼ਹੀਦ ਗੁੱਜਰ ਕਬੱਡੀ ਕਲੱਬ ਦੀ ਅਗਲੀ ਆਪਣਾ ਰੇਡ ਸਾਹਮਣੇ ਮਾਨੀ 320 ਵਾਲਾ ਸ਼ਹਾਦਾ ਸ਼ਮਸ ਤੇ ਲੱਗਾ ਇਹ ਤੂੰ ਸਮਝੇ ਸ਼ਰੀਫ ਜਿਹਾ ਬੰਦਾ ਇਹਨੇ ਛੱਡ ਦੇਣੇ ਇਹ ਭਾਈ ਉਂਝ ਬੰਦਾ ਯਾਰਾਂ ਦਾ ਯਾਰ ਹੀ ਬੰਦਾ ਝੰਬਦਾ ਬੜਾ ਹੀ ਆਹ ਲੈ ਗਿਆ ਪੁਆਇੰਟ ਜੀ ਗੁੱਡ ਜੀ ਸ਼ਾਬਾਸ਼ ਮਗਰ ਹੀ ਚੜ ਗਿਆ ਲੈ ਜੀ ਉਧਰਲੇ ਪਾਸੇ ਕਬੱਡੀ ਫਿਰ ਤੈਯਬ ਸਹੀਦ ਗੁੱਜਰ ਗੁੱਡ ਸ਼ਾਬਾਸ਼ ਯਾਰ ਕਮਾਲ ਹੀ ਕਰ ਗਿਆ ਇੱਧਰ ਆ ਝੂਠੇ ਝਾਕੇ ਦੇਣ ਵਾਲਿਆ ਸਾਹਮਣੇ ਆ ਹਾਂ ਇੰਜ ਨੀ ਵੀ ਮੰਨਦੇ ਵੇਖੋ ਲੋਕੋ ਲਾਟਾਂ ਮਾਰੇ ਪਿੰਡ ਵਿੱਚ ਤਾਕਤ ਗੁੱਜਰ ਦੀ ਗੱਭਰੂ ਸ਼ੇਰ ਦਲੇਰਾਂ ਦੇ ਵਿੱਚ ਬੜੀ ਲੈ ਜੀ ਕਬੱਡੀ ਉਧਰਲੇ ਪਾਸੇ ਫਿਰ ਜੀ ਨੌਜਵਾਨ ਦਾ ਨਾਂ ਜੀ ਇਸ ਵੇਲੇ ਕਹਿੰਦੇ ਆਮਰ ਸੱਤ ਹਾਂਜੀ ਸਾਹਮਣੇ ਇੱਕ ਬੰਨੇ ਰਾਸ਼ਦ ਗੁੱਜਰ ਵਿੱਚ ਵਿਕਾਸ ਰਹਿਮ ਗੁੱਜਰ ਔਰ ਨਾਲ ਹੀ ਮੁੰਡਾ ਕਹਿੰਦੇ ਇਕੱਲੇ ਪਾਸੇ ਪਿਛਲੇ ਮੈਚ 'ਚ ਬੜੇ ਜੱਫੇ ਕੀਤੇ ਨੇ ਗੱਭਰੂ ਨੇ ਹੁਣ ਕੋਸ਼ਿਸ਼ ਕਰ ਰਿਹਾ ਆਹ ਗਿਆ ਉਹਨੂੰ ਭਾਈ ਉੱਤੋਂ 1500 ਹੁੰਦਾ ਉਹ ਕੀ ਕਰੇ ਉਹਨੇ ਕਿਹਾ ਨਾ ਮੈਂ ਫੜਿਆ ਜਾਵਾਂ ਇਹ ਤਾਂ ਨਹੀਂ ਹੋਣਾ ਲਓ ਜੀ ਕਬੱਡੀ ਇਧਰਲੇ ਪਾਸੇ ਫਿਰ ਜੀ 478 ਸ਼ਹੀਦ ਗੁੱਜਰ ਕਬੱਡੀ ਕਲੱਬ ਉਸਤਾਦ ਤਾਰੇ ਗੁੱਜਰ ਦੀਆਂ ਮਿਹਨਤਾਂ ਬੋਲ ਰਹੀਆਂ ਨੇ ਇਸ ਮੈਦਾਨ ਦੇ ਵਿੱਚ ਅੱਜ ਬੜੇ ਬੜੇ ਖਿਡਾਰੀ ਦੂਜੇ ਲੋ ਜੀ ਪੁੱਠੀ ਪਾਤੀ ਫੜ ਕੇ ਕਹਿੰਦੇ ਕਿ ਉਹ ਜਿਵੇਂ ਕਹਿੰਦੇ ਨਾ ਮਿਸਾਲ ਬਣੀ ਰੱਬ ਕਿਸੇ ਨੂੰ ਪੁੱਠੀ ਨਾ ਪਾਵੇ ਲੋ ਕਦੀ ਕਦੀ ਹੋਣੀ ਹੈ ਜੀ ਅਣਹੋਣੀ ਨੂੰ ਮਨ ਕਲੀਮਾ ਅਣਹੋਣੀ ਬੇਕਾਰ ਨਹੀਂ ਹੁੰਦੀ ਇਹ ਕਿੰਨੂੰ ਬਾਹਰ ਸਿੱਖਦਾ ਉਹ ਨੇੜੇ ਜਾ ਕੇ ਲੱਗ ਗਈ ਹੈ ਬਾਹਰ ਜਾਣ ਦਾ ਟਾਹ ਕਿੱਦਾਂ ਲਾਇਆ ਉਹਨੇ ਉਹਨੇ ਛੱਡਿਆ ਤੇ ਨੱਠ ਗਿਆ ਇਹਨੇ ਵੀ ਉਹੀ ਕੀਤਾ ਉਹਨੇ ਬਾਹਰ ਸਿੱਟਣ ਦਾ ਝਾਂਸਾ ਦਿੱਤਾ ਉਹ ਬੰਦਾ ਨਹੋਰੇ ਮੈਨੂੰ ਸਿੱਟਣ ਲੱਗਾ ਉਹਨੇ ਆਪਣੀ ਇੱਜ਼ਤ ਬਚਾਈ ਉਹ ਨੱਠ ਗਿਆ ਲੈ ਜੀ ਅਦਨਾਨ ਧਾਨਾ ਜੱਟ ਆਵੇ ਸੋਹਣਿਆ ਕਹਿੰਦੇ ਇਕਾਹਠ ਚੱਕ ਦੇ ਵਿੱਚ ਨਾਨਕੇ ਨੇ ਹਾਜੀ ਸਖਾਵਤ ਸਾਹਿਬ ਦੇ ਮਾਮੂ ਜੀ ਦਾ ਨਾਂ ਹੈ ਅਰੇ ਤਾਂ ਕਬੱਡੀ ਤੇ ਆਇਆ ਜੀ ਅਦਨਾਨ ਧਾਨਾ ਇੱਕ ਬੰਨੇ ਵਿਕਾਸ ਰਹੀਮ ਗੁੱਜਰ ਔਰ ਵਿੱਚ ਰਾਸ਼ਦ ਲੈ ਜੀ ਵਿਕਾਸ ਰਹੀਮ ਗੁੱਜਰ ਆਹ ਹੈ ਜੀ ਉਹ ਗੁੱਜਰਾ ਉਹ ਕੈਂਚੀ ਓਹੋ ਲਓ ਕੈਂਚੀ ਨੂੰ ਸਿੱਧੇ ਹੀ ਹੋਣ ਦਿੱਤਾ ਜੱਟ ਨੇ ਲੈ ਗਿਆ ਨੰਬਰ ਜੀ ਮਿਰਜ਼ਾ ਅਬਾਦੁਰ ਰਹਿਮਾਨ ਸਾਹਿਬ ਸਾਡੇ ਤੋਂ ਅੱਗੇ ਨੇ ਜਿਵੇਂ ਜਮਾਤ ਕਰਾ ਰਹੇ ਨੇ ਮਾਸ਼ਾਅੱਲਾ ਚਲੋ ਜੀ ਉਧਰਲੇ ਪਾਸੇ ਕਬੱਡੀ ਫਿਰ ਜੀ ਹਾਂ ਜੀ ਕੋਸ਼ਿਸ਼ ਚੱਲ ਰਹੀ ਹੈ ਮਿਹਰਬਾਨੀ ਚੌਰੀ ਸਾਜਿਦ ਜੱਟ ਸਾਹਿਬ ਜ਼ਿੰਦਾਬਾਦ ਜੀ ਆਹ ਹੈ ਆਹ ਵੇਖ ਤੈਯਬ ਸਹੀਦ ਗੁੱਜਰ ਉਹ ਮੈਂ ਸਦਕੇ ਖਿੱਚਾਂ ਮੱਝ ਰਹੀ ਹੈ ਜ਼ੋਰ ਲੱਗ ਗਿਆ ਲੇਕਿਨ ਮੈਨੂੰ ਲੱਗਦਾ ਕਿ ਮੁੰਡਾ ਚੀੜਾ ਬੜਾ ਲੱਗਾ ਉਧਰੋਂ ਵੀ ਦੂਸਰੇ ਮੈਚ ਉਹ ਆਏ ਹਾਏ ਹਾਏ ਪਿਛਾ ਗਿਆ ਪਿਛਾ ਉਹ ਲੈ ਗਈ ਉਹ ਲੈ ਗਿਆ ਉਹ ਜੀ ਉਹ ਪੁੱਤਰਾ ਸਦਕੇ ਜਾਈਏ ਮੈਂ ਹੀ ਫਸਿਆ ਬੜਾ ਉਹ ਬਰਾਬਰ ਜਾ ਰਿਹਾ ਅਖੀਰ ਹੋਈ ਹੈ ਯਕੀਨ ਕਰੋ ਕੋਈ ਐਵੇਂ ਥੋੜਾ ਜਿਹਾ ਫਰਕ ਹੈ ਅੱਜ ਬਸ ਅਹਿਮਦ ਗੁਰਾਇਆ ਸਾਹਿਬ ਮੈਂ ਹੀ ਬੜਾ ਫਸਿਆ ਦੂਸਰੇ ਆਪ ਵਿੱਚ ਕੁਛ ਵੀ ਹੋ ਸਕਦਾ ਕੋਈ ਪਤਾ ਨਹੀਂ ਲੱਗ ਰਿਹਾ ਹਾਂਜੀ ਖਿਡਾਰੀ ਜਿਹਨੇ ਹੁਣ ਤੱਕ ਬੜੀਆਂ ਸੋਹਣੀਆਂ ਕਬੱਡੀਆਂ ਪਾਈਆਂ ਨੇ ਮਿਹਰਬਾਨੀ ਸ਼ੁਕਰੀਆ ਜਨਾਬ ਸਾਡੇ ਖਾਲਕ ਪਰਵੇਜ਼ ਵੀਰ ਉਸਤਾਦ ਅਖਤਰ ਖਾਲਕ ਟੋਨੀ ਉਧਰ ਵਿੱਚ ਜਨਾਬ ਸਾਜਿਦ ਪਹਿਲਵਾਨ ਆਪਣੀ ਆਪਣੇ ਵਕਤਾਂ ਦੇ ਚੰਗੇ ਖਿਡਾਰੀ ਤੈਯਬ ਸਹੀਦ ਗੁੱਜਰ ਫਿਰ ਅਗਲੇ ਵਾਰੇ ਤੇ ਵਾਹ ਜੀ ਵਾਹ ਕਮਾਲ ਹੋ ਗਈ ਹੈ ਅੱਜ ਤੇ ਮੈਂ ਇੰਜ ਦੀ ਕਬੱਡੀ
ہر روز ہر بندے دے واسطے گل نہیں کہ جی تگڑی کبڈی کروا سکے ایڈا اچھا انتظام انتظامیہ کا شکریہ مہربانی کو تیرا بیڑا کر جانا کو پھڑیا تو ہو جانا نہیں انج کو ٹکر ہی کھا میرے کو ہاں جی عمر جڑا 24 چھکا لانا اپنے موٹر سائیکل دے لاگے پہنچے بھائی عمر اپنے موٹر سائیکل دے لاگے پہنچ جاؤ مہربانی جی لو جی ادھرلے پاسے کبڈی پھر جی اے اوئے ہائے میں آکھیا ہی نا میں پھنس سکدا ہے لیکن او نکل گئے اوئے ہوئے ہوئے بڑی کوشش کی اچھا بھائی خان کا دے آئے ہیں سارے دوست ایک باری مسلمان ہون دے ناتے ایک کاری دروشی پڑھیے ہیں یار اسی جو نہیں پڑھے آگے تھا بسم اللہ الرحمن الرحیم ماصر اللہ تعالیٰ ابراہیم وعلیٰ علی ابراہیم بن مجید اللہم بارک علی محمد وعلیٰ علی محمد ما بارک تعالیٰ ابراہیم وعلیٰ علی ابراہیم بن مجید ایک دروشی ایسی فرقت ہے تو اڈا دے میرا رب تو دے فرشتے ہر ٹائم یہی پڑھ رہے ہر ٹائم اپنے پیارے حبیب صلی اللہ علیہ وآلہ وسلم تے درود و سلام دا نظرانہ کون پیش کرتا ہے خالق کائنات جو ایک مولانا مدودی صاحب تقریر کر رہے سن بڑے پرانے سلو جی کبڈی پھر جاری ہوئی گی لو جی ادھر پاسے میں نے لگتا کہ منڈا جڑا واہ لو جی پکڑے گئے جناب ایک دن میں بجا گیا دکان پہ گیا نا چٹے کپڑے پا کے باہر نکلے تھے دکان پہ جا کے کھلوتا ہے بدل آ گیا بدل والا میں کدھر آیا میں صرف لینا آیا ہاں جی لو جی کبڈی پوائنٹ کلیئر کیتا اس لیے تارا جی سیمی فائنل مقابلہ جناب جتیا کون ہے وہ ہے تین بھائی کرم تے مبارکباد پیش کرنے شکیل جٹ راشد جٹ انہاں دے نال مانی جٹ شکریہ جی لوی میں جڑا اعلان پہلا کیتا سی پھر سن لو ویڈیو بنانا لیا تو بھی ریکارڈ کر لے اگوں بھی لوگ سن لین ایہو جہے کم دے اڈور ہی جیبا چوں موبائل نکلدے جی اے دھیان کرنا ہے جدوں جتی پاؤندے نے فن وہائی جاندے نے اے دھیان کرنا ہے جمیل تو آر جناب اپنا پروگرام پرفارم کریں گے میں نیل کروں گا نیل کا میرے پرمل ہاں وہ جناب اپنا پرفارم کریں گے بیٹھے پتہ لگے گا ندیم صاحب غلام دستگیر رف چندہ جناب آپ مونگی بنگلہ محمد عمران محمد عرفان بھائی بھائی کریانہ سٹور اینا ویڈا شکریہ مہربانی کال پاکستان لیول تک